ਇਸ ਵੇਲੇ ਦੀ ਅਹਿਮ ਅਪਡੇਟ ਜਗਦੀਸ਼ ਭੋਲਾ ਕੇਸ ਦੇ ਨਾਲ ਜੁੜੀ ਹੋਈ ਹੈ। ਦਰਅਸਲ ਬਹੁ ਕਰੋੜੀ ਡਰੱਗ ਮਾਮਲੇ ਦੇ ਵਿੱਚ ਮੋਹਾਲੀ ਕੋਰਟ ਦੇ ਵੱਲੋਂ ਅੱਜ ਸਜ਼ਾ ਸੁਣਾਈ ਜਾਣ ਦੀ ਉਮੀਦ ਹੈ। ਜ਼ਿਕਰ ਖਾਸ ਹੈ ਕਿ ਪਹਿਲਾਂ ਇਸ ਮਾਮਲੇ ਦੇ ਵਿੱਚ ਜਿਹੜੀ ਸਜ਼ਾ ਸੀ ਉਹ 26 ਜੁਲਾਈ ਨੂੰ ਸੁਣਾਈ ਜਾਣੀ ਸੀ, ਪਰ ਉਸ ਦਿਨ ਡਰੱਗ ਤਸਕਰ ਭਲਵਾਨ ਜਗਦੀਸ਼ ਭੋਲਾ ਦੇ ਪਿਤਾ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪੁਲਿਸ ਬਠਿੰਡਾ ਜੇਲ੍ਹ ਤੋਂ ਸਿੱਧਾ ਪੈਰੋਲ ਲੈ ਕੇ ਉਹਨਾਂ ਨੂੰ ਉਹਨਾਂ ਦੇ ਪਿਤਾ ਦੇ ਸੰਸਕਾਰ 'ਤੇ ਲੈ ਗਈ ਸੀ, ਅਤੇ ਉਸ ਦਿਨ ਉਹਨਾਂ ਦੀ ਪੇਸ਼ੀ ਨਹੀਂ ਸੀ ਹੋ ਸਕੀ। ਹਾਲਾਂਕਿ ਜਿਸ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਇਹ ਚਰਚਿਤ ਮਾਮਲਾ ਹੈ, ਬਹੁ ਕਰੋੜੀ ਡਰੱਗ ਮਾਮਲਾ ਹੈ, ਅਤੇ 2013 ਦਾ ਇਹ ਮਾਮਲਾ ਹੈ। ਕਰੀਬ 11 ਸਾਲ ਪੁਰਾਣੇ ਮਾਮਲੇ ਦੇ ਵਿੱਚ ਜਗਦੀਸ਼ ਭੋਲਾ ਨੂੰ ਅੱਜ ਸਜ਼ਾ ਸੁਣਾਈ ਜਾਣ ਦੀ ਉਮੀਦ ਹੈ। ਹਾਲਾਂਕਿ ਮੋਹਾਲੀ ਕੋਰਟ ਦੇ ਵਿੱਚ ਜਿਹੜੀ ਅਪੀਲਾਂ ਅਤੇ ਦਲੀਲਾਂ ਸਨ ਉਹ ਸਾਰੀਆਂ ਪੂਰੀਆਂ ਹੋ ਚੁੱਕੀਆਂ ਸਨ, ਅਤੇ ਹੁਣ ਸਜ਼ਾ ਸੁਣਾਈ ਜਾਣ ਦੀ ਪ੍ਰਕਿਰਿਆ ਹੀ ਹੈ। ਹਾਲਾਂਕਿ ਪਿਛਲੀ ਪੇਸ਼ੀ ਦੇ ਉੱਤੇ ਵੀ ਇਹ ਫੈਸਲਾ ਸੁਣਾਇਆ ਜਾਣਾ ਸੀ, ਪਰ ਕੁਝ ਕਾਰਨ ਸਨ ਜਿਸ ਕਰਕੇ ਇਹ ਫੈਸਲਾ ਨਹੀਂ ਸੀ ਸੁਣਾਇਆ ਗਿਆ, ਅਤੇ ਅੱਜ ਇਸ ਮਾਮਲੇ ਦੇ ਵਿੱਚ ਫੈਸਲਾ ਸੁਣਾਇਆ ਜਾ ਸਕਦਾ। ਹਾਲਾਂਕਿ ਜੇ ਇਸ ਮਾਮਲੇ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਬਹੁ ਕਰੋੜੀ ਡਰੱਗ ਮਾਮਲੇ ਦੇ ਵਿੱਚ ਜਗਦੀਸ਼ ਭੋਲਾ ਨੂੰ ਅਤੇ ਹੋਰ ਕਈ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੇ ਵਿੱਚ ਜਿਹੜਾ ਡਰੱਗ ਰੈਕਟ ਫੜਿਆ ਗਿਆ ਸੀ ਇਹ ਇੰਟਰਨੈਸ਼ਨਲ ਡਰੱਗ ਰੈਕਟ ਸੀ, 6,000 ਕਰੋੜ ਦਾ ਇਹ ਡਰੱਗ ਰੈਕਟ ਦੱਸਿਆ ਜਾਂਦਾ ਸੀ, ਅਤੇ ਇਸ ਮਾਮਲੇ ਦੇ ਵਿੱਚ ਜਗਦੀਸ਼ ਭੋਲਾ ਦੇ ਵੱਲੋਂ ਸਿੱਧੇ ਤੌਰ 'ਤੇ ਪੰਜਾਬ ਦੇ ਇੱਕ ਉੱਘੇ ਸਿਆਸਤਦਾਨ ਦਾ ਨਾਂ ਤੱਕ ਲੈ ਦਿੱਤਾ ਗਿਆ ਸੀ, ਪਰ ਉਹਨਾਂ ਦੇ ਨਾਂ ਲੈਣ ਤੋਂ ਬਾਅਦ ਕਿਸੇ ਤਰ੍ਹਾਂ ਵੀ ਕੋਈ ਉਸ ਕੇਸ ਦੇ ਸੰਬੰਧ ਵਿੱਚ ਕੋਈ ਪੁੱਛਗਿੱਛ ਨਹੀਂ ਸੀ ਕੀਤੀ ਗਈ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਜਗਦੀਸ਼ ਭੋਲਾ ਦਾ ਕਹਿਣਾ ਹੈ ਕਿ ਜਿਹੜੇ ਹੋਰ ਵੀ ਤਸਕਰ ਦੇ ਤੌਰ 'ਤੇ ਫੜੇ ਗਏ ਸਨ ਤਾਂ ਉਹਨਾਂ ਦੇ ਜਿਹੜੇ ਬਰੀ ਹੋ ਚੁੱਕੇ ਨੇ ਜਾਂ ਜ਼ਮਾਨਤਾਂ ਹੋ ਚੁੱਕੀਆਂ ਨੇ, ਪਰ ਉਹਨਾਂ ਨੂੰ ਸਿਆਸੀ ਰੰਜਿਤ ਦੇ ਤਹਿਤ ਫਸਾਇਆ ਗਿਆ, ਅਤੇ ਜੇਕਰ ਉਹ ਇਸ ਕੇਸ ਦੇ ਵਿੱਚ ਦੋਸ਼ੀ ਪਾਏ ਜਾਂਦੇ ਨੇ ਤਾਂ ਉਹ ਫਾਹੇ ਲੱਗ ਜਾਣਗੇ। ਪਰ ਸਵਾਲ ਵੱਡਾ ਇਹ ਹੈ ਕਿ ਇਹ ਕੇਸ ਹੁਣ CBI ਨੂੰ ਦਿੱਤਾ ਜਾਣਾ ਚਾਹੀਦਾ ਹੈ ਕਿ CBI ਇਸ ਕੇਸ ਦੀ ਇਨਕੁਆਇਰੀ ਕਰੇ, ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਜੋ ਕੁਝ ਵੀ ਨਿਕਲਦਾ ਹੈ ਉਹ ਸਭ ਦੇ ਸਾਹਮਣੇ ਰੱਖਿਆ ਜਾਵੇ, ਅਤੇ ਜੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਰੱਤਾ ਭਰ ਇਸ ਮਾਮਲੇ ਦੇ ਵਿੱਚ ਕੋਈ ਪੇਸ਼ੀ ਹੈ ਤਾਂ ਉਹ ਫਾਹੇ ਲੱਗਣ ਨੂੰ ਵੀ ਤਿਆਰ ਨੇ। ਇਸ ਵੇਲੇ ਦੀ ਅਹਿਮ ਅਪਡੇਟ ਜਗਦੀਸ਼ ਭੋਲਾ ਕੇਸ ਦੇ ਨਾਲ ਜੁੜੀ ਹੋਈ ਹੈ। ਦਰਅਸਲ ਬਹੁ ਕਰੋੜੀ ਡਰੱਗ ਮਾਮਲੇ ਦੇ ਵਿੱਚ ਮੋਹਾਲੀ ਕੋਰਟ ਦੇ ਵੱਲੋਂ ਅੱਜ ਸਜ਼ਾ ਸੁਣਾਈ ਜਾਣ ਦੀ ਉਮੀਦ ਹੈ। ਜ਼ਿਕਰ ਖਾਸ ਹੈ ਕਿ ਪਹਿਲਾਂ ਇਸ ਮਾਮਲੇ ਦੇ ਵਿੱਚ ਜਿਹੜੀ ਸਜ਼ਾ ਸੀ ਉਹ 26 ਜੁਲਾਈ ਨੂੰ ਸੁਣਾਈ ਜਾਣੀ ਸੀ, ਪਰ ਉਸ ਦਿਨ ਡਰੱਗ ਤਸਕਰ ਭਲਵਾਨ ਜਗਦੀਸ਼ ਭੋਲਾ ਦੇ ਪਿਤਾ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪੁਲਿਸ ਬਠਿੰਡਾ ਜੇਲ੍ਹ ਤੋਂ ਸਿੱਧਾ ਪੈਰੋਲ ਲੈ ਕੇ ਉਹਨਾਂ ਨੂੰ ਉਹਨਾਂ ਦੇ ਪਿਤਾ ਦੇ ਸੰਸਕਾਰ 'ਤੇ ਲੈ ਗਈ ਸੀ, ਅਤੇ ਉਸ ਦਿਨ ਉਹਨਾਂ ਦੀ ਪੇਸ਼ੀ ਨਹੀਂ ਸੀ ਹੋ ਸਕੀ। ਹਾਲਾਂਕਿ ਜਿਸ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਇਹ ਚਰਚਿਤ ਮਾਮਲਾ ਹੈ, ਬਹੁ ਕਰੋੜੀ ਡਰੱਗ ਮਾਮਲਾ ਹੈ, ਅਤੇ 2013 ਦਾ ਇਹ ਮਾਮਲਾ ਹੈ। ਕਰੀਬ 11 ਸਾਲ ਪੁਰਾਣੇ ਮਾਮਲੇ ਦੇ ਵਿੱਚ ਜਗਦੀਸ਼ ਭੋਲਾ ਨੂੰ ਅੱਜ ਸਜ਼ਾ ਸੁਣਾਈ ਜਾਣ ਦੀ ਉਮੀਦ ਹੈ। ਹਾਲਾਂਕਿ ਮੋਹਾਲੀ ਕੋਰਟ ਦੇ ਵਿੱਚ ਜਿਹੜੀ ਅਪੀਲਾਂ ਅਤੇ ਦਲੀਲਾਂ ਸਨ ਉਹ ਸਾਰੀਆਂ ਪੂਰੀਆਂ ਹੋ ਚੁੱਕੀਆਂ ਸਨ, ਅਤੇ ਹੁਣ ਸਜ਼ਾ ਸੁਣਾਈ ਜਾਣ ਦੀ ਪ੍ਰਕਿਰਿਆ ਹੀ ਹੈ। ਹਾਲਾਂਕਿ ਪਿਛਲੀ ਪੇਸ਼ੀ ਦੇ ਉੱਤੇ ਵੀ ਇਹ ਫੈਸਲਾ ਸੁਣਾਇਆ ਜਾਣਾ ਸੀ, ਪਰ ਕੁਝ ਕਾਰਨ ਸਨ ਜਿਸ ਕਰਕੇ ਇਹ ਫੈਸਲਾ ਨਹੀਂ ਸੀ ਸੁਣਾਇਆ ਗਿਆ, ਅਤੇ ਅੱਜ ਇਸ ਮਾਮਲੇ ਦੇ ਵਿੱਚ ਫੈਸਲਾ ਸੁਣਾਇਆ ਜਾ ਸਕਦਾ। ਹਾਲਾਂਕਿ ਜੇ ਇਸ ਮਾਮਲੇ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਬਹੁ ਕਰੋੜੀ ਡਰੱਗ ਮਾਮਲੇ ਦੇ ਵਿੱਚ ਜਗਦੀਸ਼ ਭੋਲਾ ਨੂੰ ਅਤੇ ਹੋਰ ਕਈ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੇ ਵਿੱਚ ਜਿਹੜਾ ਡਰੱਗ ਰੈਕਟ ਫੜਿਆ ਗਿਆ ਸੀ ਇਹ ਇੰਟਰਨੈਸ਼ਨਲ ਡਰੱਗ ਰੈਕਟ ਸੀ, 6,000 ਕਰੋੜ ਦਾ ਇਹ ਡਰੱਗ ਰੈਕਟ ਦੱਸਿਆ ਜਾਂਦਾ ਸੀ, ਅਤੇ ਇਸ ਮਾਮਲੇ ਦੇ ਵਿੱਚ ਜਗਦੀਸ਼ ਭੋਲਾ ਦੇ ਵੱਲੋਂ ਸਿੱਧੇ ਤੌਰ 'ਤੇ ਪੰਜਾਬ ਦੇ ਇੱਕ ਉੱਘੇ ਸਿਆਸਤਦਾਨ ਦਾ ਨਾਂ ਤੱਕ ਲੈ ਦਿੱਤਾ ਗਿਆ ਸੀ, ਪਰ ਉਹਨਾਂ ਦੇ ਨਾਂ ਲੈਣ ਤੋਂ ਬਾਅਦ ਕਿਸੇ ਤਰ੍ਹਾਂ ਵੀ ਕੋਈ ਉਸ ਕੇਸ ਦੇ ਸੰਬੰਧ ਵਿੱਚ ਕੋਈ ਪੁੱਛਗਿੱਛ ਨਹੀਂ ਸੀ ਕੀਤੀ ਗਈ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਜਗਦੀਸ਼ ਭੋਲਾ ਦਾ ਕਹਿਣਾ ਹੈ ਕਿ ਜਿਹੜੇ ਹੋਰ ਵੀ ਤਸਕਰ ਦੇ ਤੌਰ 'ਤੇ ਫੜੇ ਗਏ ਸਨ ਤਾਂ ਉਹਨਾਂ ਦੇ ਜਿਹੜੇ ਬਰੀ ਹੋ ਚੁੱਕੇ ਨੇ ਜਾਂ ਜ਼ਮਾਨਤਾਂ ਹੋ ਚੁੱਕੀਆਂ ਨੇ, ਪਰ ਉਹਨਾਂ ਨੂੰ ਸਿਆਸੀ ਰੰਜਿਤ ਦੇ ਤਹਿਤ ਫਸਾਇਆ ਗਿਆ, ਅਤੇ ਜੇਕਰ ਉਹ ਇਸ ਕੇਸ ਦੇ ਵਿੱਚ ਦੋਸ਼ੀ ਪਾਏ ਜਾਂਦੇ ਨੇ ਤਾਂ ਉਹ ਫਾਹੇ ਲੱਗ ਜਾਣਗੇ। ਪਰ ਸਵਾਲ ਵੱਡਾ ਇਹ ਹੈ ਕਿ ਇਹ ਕੇਸ ਹੁਣ CBI ਨੂੰ ਦਿੱਤਾ ਜਾਣਾ ਚਾਹੀਦਾ ਹੈ ਕਿ CBI ਇਸ ਕੇਸ ਦੀ ਇਨਕੁਆਇਰੀ ਕਰੇ, ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਜੋ ਕੁਝ ਵੀ ਨਿਕਲਦਾ ਹੈ ਉਹ ਸਭ ਦੇ ਸਾਹਮਣੇ ਰੱਖਿਆ ਜਾਵੇ, ਅਤੇ ਜੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਰੱਤਾ ਭਰ ਇਸ ਮਾਮਲੇ ਦੇ ਵਿੱਚ ਕੋਈ ਪੇਸ਼ੀ ਹੈ ਤਾਂ ਉਹ ਫਾਹੇ ਲੱਗਣ ਨੂੰ ਵੀ ਤਿਆਰ ਨੇ।